हेलो एवरीवन, सत श्री अकाल, नमस्ते आदाब। मैं हाँ मनदीप लैके हाजिर हाँ एंटरटेनमेंट का सैगमेंट यानी कि स्पाइसी रील्स, जिते हूँ गया बॉलीवुड पॉलीवुड दियाँ कुछ खास खबर साझियाँ, यानी कि कौन कितने स्पॉट होया, किसकी किस नाल फिल्म आ रही है और किस दा है चनदन, आओ नज़र पाने हैं। ਪੰਜਾਬ ਦੀ ਕੈਟਰੀਨਾ ਕੈਫ ਤੋਂ ਹਿੰਦੁਸਤਾਨ ਦੀ ਬਣੀ ਸ਼ਹਿਨਾਜ਼ ਗਿੱਲ ਕਾਫੀ ਸਮੇਂ ਤੋਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਚਰਚਾ ਦੇ ਵਿੱਚ ਬਣੀ ਹੋਈ ਹੈ। ਐਕਟ੍ਰੈਸ ਆਉਣ ਵਾਲੇ ਦਿਨਾਂ ਦੇ ਵਿੱਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਅਪਕਮਿੰਗ ਮੂਵੀ ਕਭੀ ਈਦ ਕਭੀ ਦੀਵਾਲੀ ਦੇ ਵਿੱਚ ਨਜ਼ਰ ਆਵੇਗੀ। ਜੀ ਹਾਂ, ਬਿਗ ਬੌਸ ਫੇਮ ਸ਼ਹਿਨਾਜ਼ ਗਿੱਲ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਬਹੁਤ ਚੰਗਾ ਕੰਮ ਕਰ ਰਹੀ ਹੈ, 24 ਘੰਟੇ ਕੰਮ ਕਰਨ ਦਾ ਆਨੰਦ ਲੈ ਰਹੀ ਹੈ। ਬੀਤਾ ਦਿਨ ਵੀ ਸ਼ਹਿਨਾਜ਼ ਦੇ ਲਈ ਕਾਫੀ ਬਿਜ਼ੀ ਰਿਹਾ। ਉਹਨਾਂ ਨੂੰ ਮੁੰਬਈ ਦੇ ਬਾਂਦਰਾ ਦੇ ਵਿੱਚ ਮਹਿਬੂਬ ਸਟੂਡੀਓ ਦੇ ਬਾਹਰ ਸਪੌਟ ਕੀਤਾ ਗਿਆ। ਉਹ ਇੱਥੇ ਕਿਸੇ ਸ਼ੂਟ ਲੈ ਆਈ ਸੀ। ਇਸ ਦੌਰਾਨ ਸ਼ਹਿਨਾਜ਼ ਗਿੱਲ ਪਿੰਕ ਕਲਰ ਦੇ ਬੇਲ ਸਲੀਵਸ ਡਰੈਸ ਦੇ ਵਿੱਚ ਸਟਨਿੰਗ ਲੱਗ ਰਹੀ ਸੀ। ਉਹਨਾਂ ਨੇ ਆਪਣੇ ਲੁੱਕ ਨੂੰ ਲੇਅਰਡ ਹੇਅਰਸ ਦੇ ਨਾਲ ਮਿਨੀਮਲ ਮੇਕਅਪ ਦੇ ਨਾਲ ਕੰਪਲੀਟ ਕੀਤਾ ਹੋਇਆ ਸੀ। ਇਸ ਡਰੈਸ ਦੇ ਨਾਲ ਉਹਨਾਂ ਨੇ ਟ੍ਰਾਂਸਪੇਰੈਂਟ ਬਲੌਕ ਪੁਆਇੰਟ ਸੈਂਡਲ ਪਹਿਨੇ ਹੋਏ ਸੀ। ਸ਼ਹਿਨਾਜ਼ ਨੇ ਪੈਪਰਾਜ਼ੀ ਨੂੰ ਇੱਕ ਤੋਂ ਵੱਧ ਕੇ ਇੱਕ ਕਈ ਪੋਸਟ ਦਿੱਤੇ ਅਤੇ ਤਸਵੀਰਾਂ ਕਲਿੱਕ ਕਰਵਾਈਆਂ। ਇਸ ਦੌਰਾਨ ਖੁੱਲ੍ਹ ਕੇ ਹੱਸਦੀ ਹੋਈ ਵੀ ਸ਼ਹਿਨਾਜ਼ ਨਜ਼ਰ ਆਈ। ਇਸ ਦੌਰਾਨ ਉਹਨਾਂ 'ਤੇ ਗੁਲਾਬ ਦੇ ਫੁੱਲਾਂ ਦੀ ਬੌਛਾਰ ਕੀਤੀ ਗਈ। ਗੁਲਾਬ ਦੇ ਫੁੱਲਾਂ ਦੀ ਬੌਛਾਰ ਉਹਨਾਂ ਉੱਪਰ ਗਿਰਦੇ ਹੀ ਸ਼ਹਿਨਾਜ਼ ਖੁਸ਼ੀ ਨਾਲ ਝੂਮ ਉੱਠੀ। ਸ਼ਹਿਨਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ। ਫੈਨਸ ਉਹਨਾਂ ਦੀਆਂ ਨਾਲ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਨੇ। ਸ਼ਹਿਨਾਜ਼ ਗਿੱਲ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਏ ਦਿਨ ਆਪਣੀ ਤਸਵੀਰਾਂ ਅਤੇ ਵੀਡੀਓਜ਼ ਅਤੇ ਰੀਲ ਦੇ ਜ਼ਰੀਏ ਫੈਨਸ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਤੁਹਾਨੂੰ ਦੱਸਦੇ ਕਿ ਸ਼ਹਿਨਾਜ਼ ਗਿੱਲ ਦੇ ਨਾਲ ਸੰਜੇ ਦੱਤ ਵੀ ਉੱਥੇ ਸਪੌਟ ਕੀਤੇ ਗਏ। ਪੈਪਰਾਜ਼ੀ ਨਾਲ ਗੱਲ ਕਰਦੇ ਹੋਏ ਸ਼ਹਿਨਾਜ਼ ਨੇ ਖੁਦ ਦੱਸਿਆ ਕਿ ਉਹ ਸੰਜੂ ਬਾਬਾ ਦੇ ਨਾਲ ਅਮੈਰੀਕਾ ਜਾ ਰਹੀ ਹੈ। ਜੀ ਹਾਂ, ਪੈਪਰਾਜ਼ੀ ਨੇ ਉਹਨਾਂ ਦੀ ਇਸ ਵੀਡੀਓ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਿਆ। ਇਸ ਦੌਰਾਨ ਸ਼ਹਿਨਾਜ਼ ਗਿੱਲ ਫੋਟੋਗ੍ਰਾਫਰ ਦੇ ਸਾਹਮਣੇ ਖੂਬਸੂਰਤ ਪੋਜ਼ ਦੇ ਰਹੀ ਸੀ। ਇਸ ਦੇ ਬਾਅਦ ਸ਼ਹਿਨਾਜ਼ ਗਿੱਲ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਮੈਂ ਚੱਲੀ ਅਮੈਰੀਕਾ ਸੰਜੂ ਬਾਬਾ ਦੇ ਨਾਲ। ਸੰਜੂ ਬਾਬਾ ਦੇ ਨਾਲ ਅਮੈਰੀਕਾ ਜਾਣ ਦੇ ਬਿਆਨ ਨੂੰ ਸੁਣਨ ਤੋਂ ਬਾਅਦ ਕਈ ਫੈਨਸ ਨੇ ਅਟਕਲਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖਾਨ ਦੀ ਕਭੀ ਈਦ ਕਭੀ ਦੀਵਾਲੀ ਦੇ ਬਾਅਦ ਇੱਕ ਹੋਰ ਵੱਡੀ ਫਿਲਮ ਮਿਲ ਗਈ ਹੈ। ਹਾਲਾਂਕਿ ਸ਼ਹਿਨਾਜ਼ ਦੇ ਵੱਲੋਂ ਹਜੇ ਤੱਕ ਇਸ ਅਫਵਾਹਾਂ 'ਤੇ ਕੋਈ ਰਿਐਕਸ਼ਨ ਨਹੀਂ ਦਿੱਤਾ ਗਿਆ। ਕਭੀ ਈਦ ਕਭੀ ਦੀਵਾਲੀ ਦਾ ਹਿੱਸਾ ਬਣਨ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖਾਨ ਦੀ ਰਿਐਲਿਟੀ ਸ਼ੋਅ ਬਿਗ ਬੌਸ 13 ਦੇ ਵਿੱਚ ਦੇਖਿਆ ਗਿਆ ਸੀ। ਇਸੇ ਸ਼ੋਅ ਦੇ ਵਿੱਚ ਸ਼ਹਿਨਾਜ਼ ਨੂੰ ਦਰਸ਼ਕਾਂ ਦੇ ਵਿੱਚ ਇੱਕ ਅਲੱਗ ਜਿਹੀ ਅਤੇ ਸਹੀ ਪਹਿਚਾਣ ਮਿਲੀ। ਉੱਥੇ ਹੀ ਸੰਜੇ ਦੱਤ ਅਤੇ ਸ਼ਹਿਨਾਜ਼ ਗਿੱਲ ਨੂੰ ਇਕੱਠੇ ਔਨ ਸਕਰੀਨ 'ਤੇ ਦੇਖਣ ਦੇ ਲਈ ਉਹਨਾਂ ਦੇ ਫੈਨਸ ਵੀ ਬਿਲਕੁਲ ਬੇਤਾਬ ਨੇ। अभी मेरे फूल है नहीं है। ਐਕਟ੍ਰੈਸ ਸੋਨਮ ਕਪੂਰ ਅਤੇ ਆਨੰਦ ਆਹੂਜਾ ਬਹੁਤ ਜਲਦ ਆਪਣੀ ਦੁਨੀਆ ਦੇ ਵਿੱਚ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਨੇ। ਪ੍ਰੈਗਨੈਂਟ ਸੋਨਮ ਕਪੂਰ ਇਨੀ ਦਿਨੀ ਆਪਣੀ ਮੋਮ ਟੂ ਬੀ ਪੀਰੀਅਡ ਨੂੰ ਇੰਜੋਏ ਕਰ ਰਹੀ ਹੈ ਅਤੇ ਆਪਣੇ ਮੰਮੀ ਪਾਪਾ ਦੇ ਕੋਲ ਗੋਦ ਭਰਾਈ ਸੈਲੀਬ੍ਰੇਟ ਕਰਨ ਦੇ ਲਈ ਮੁੰਬਈ ਆਈ ਹੋਈ ਸੀ। ਹਾਲਾਂਕਿ ਇੰਡਸਟਰੀ ਦੇ ਵਿੱਚ ਫਿਰ ਤੋਂ ਕੋਰੋਨਾ ਦੀ ਦਹਿਸ਼ਤ ਦੇ ਕਾਰਨ ਉਹਨਾਂ ਦਾ ਬੇਬੀ ਸ਼ਾਵਰ ਪਲਾਨ ਕੈਂਸਲ ਹੋ ਗਿਆ। ਇਸੇ ਵਿੱਚ ਐਕਟ੍ਰੈਸ ਨੂੰ ਹਾਲ ਹੀ ਦੇ ਵਿੱਚ ਆਨੰਦ ਦੇ ਨਾਲ ਬੌਂਡਰਾ ਸਿਟੀ ਦੇ ਵਿੱਚ ਸਪੌਟ ਕੀਤਾ ਗਿਆ ਜਿੱਥੇ ਕਪਲ ਦੀ ਇਕੱਠਿਆਂ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ। ਆਓ ਪਹਿਲਾਂ ਇਸ ਸਪੌਟਡ ਵੀਡੀਓ 'ਤੇ ਪਾਉਂਦੇ ਹਾਂ ਨਜ਼ਰ। ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੋਨਮ ਕਪੂਰ ਆਲ ਬਲੈਕ ਲੁੱਕ ਦੇ ਵਿੱਚ ਦਿਖੀ। ਸਾਈਡ ਕੱਟ ਬਲੈਕ ਡਰੈਸ ਦੇ ਨਾਲ ਉਹਨਾਂ ਨੇ ਮੈਚਿੰਗ ਓਪਨ ਸ਼ਰਟ ਵੇਅਰ ਕੀਤੀ ਹੋਈ ਸੀ। ਇਸ ਦੇ ਨਾਲ ਹੀ ਉਹਨਾਂ ਨੇ ਬਲੈਕ ਸ਼ੂਜ਼ ਨੂੰ ਪੇਅਰ ਕੀਤਾ ਹੋਇਆ ਸੀ। ਚਿਹਰੇ 'ਤੇ ਕਾਲਾ ਚਸ਼ਮਾ ਅਤੇ ਖੁੱਲ੍ਹੇ ਵਾਲਾਂ ਦੇ ਵਿੱਚ ਉਹਨਾਂ ਨੇ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੋਇਆ ਸੀ। ਹੱਥਾਂ ਦੇ ਵਿੱਚ ਪਰਸ ਕੈਰੀ ਕੀਤਾ ਸੀ। ਪਤੀ ਦੇ ਨਾਲ ਚੱਲਦੀ ਉਹ ਕੈਮਰੇ ਦੇ ਸਾਹਮਣੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਦਿਖੀ। ਉੱਥੇ ਹੀ ਪਤੀ ਆਨੰਦ ਆਹੂਜਾ ਵਾਈਟ ਟੀ ਸ਼ਰਟ ਨਾਲ ਬਲੈਕ ਪੈਂਟ ਦੇ ਵਿੱਚ ਪਰਫੈਕਟ ਲੱਗ ਰਹੇ ਸੀ। ਇਸ ਦੌਰਾਨ ਉਹ ਇੱਕ ਹੱਥ ਦੇ ਵਿੱਚ ਕਾਫੀ ਕੱਪ ਲੈ ਸੋਨਮ ਦੇ ਨਾਲ ਚੱਲਦੇ ਦਿਖਾਈ ਦਿੱਤੇ। ਇਕੱਠਿਆਂ ਕਪਲ ਨੇ ਕੈਮਰੇ ਦੇ ਲਈ ਪਰਫੈਕਟ ਤਸਵੀਰਾਂ
ਦਿੱਤੀ ਹਾਂ। ਦੱਸ ਦਈਏ ਕਿ ਸੋਨਮ ਕਪੂਰ ਨੇ ਸਾਲ 2018 ਦੇ ਵਿੱਚ ਬਿਜ਼ਨਸਮੈਨ ਆਨੰਦ ਅਹੂਜਾ ਦੇ ਨਾਲ ਵਿਆਹ ਕਰਵਾਇਆ ਸੀ। ਕਪਲ ਦਾ ਮੁੰਬਈ ਦੇ ਵਿੱਚ ਖੂਬ ਧੂਮਧਾਮ ਦੇ ਨਾਲ ਵਿਆਹ ਕਰਵਾਇਆ ਗਿਆ ਸੀ, ਜਿੱਥੇ ਇੰਡਸਟਰੀ ਦੀਆਂ ਕਈ ਮੰਨੀਆਂ ਪ੍ਰਮੰਨੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਹੁਣ ਵਿਆਹ ਦੇ 4 ਸਾਲ ਬਾਅਦ ਕਪਲ ਆਪਣੇ ਬੱਚੇ ਦਾ ਸਵਾਗਤ ਕਰਨ ਦੇ ਲਈ ਬੇਹੱਦ ਐਕਸਾਈਟਡ ਨੇ। ਉਧਰ ਹੀ ਉਹਨਾਂ ਦੇ ਬੇਬੀ ਸ਼ਾਵਰ ਦੀ ਗੱਲ ਕਰੀਏ ਤਾਂ 17 ਜੁਲਾਈ ਨੂੰ ਉਹਨਾਂ ਦਾ ਬੇਬੀ ਸ਼ਾਵਰ ਸੀ, ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਸੋਨਮ ਕਪੂਰ ਦੀ ਬੇਬੀ ਸ਼ਾਵਰ ਪਾਰਟੀ ਉਸਦੀ ਮਾਸੀ ਕਵਿਤਾ ਸਿੰਘ ਦੇ ਘਰ ਹੋਣੀ ਸੀ, ਪਰ ਇਹ ਸਮਾਗਮ ਰੱਦ ਕਰ ਦਿੱਤਾ ਗਿਆ। ਸੋਨਮ ਕਪੂਰ ਲੰਬੇ ਸਮੇਂ ਤੋਂ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ। ਪਿਛਲੇ ਦਿਨੀ ਉਹਨਾਂ ਨੇ ਆਪਣੇ ਕਰੀਬੀ ਦੋਸਤਾਂ ਦੇ ਲਈ ਲੰਡਨ ਦੇ ਵਿੱਚ ਬੇਬੀ ਸ਼ਾਵਰ ਪਾਰਟੀ ਦਾ ਆਯੋਜਨ ਕੀਤਾ ਸੀ। ਦੂਜੇ ਪਾਸੇ ਸੋਨਮ ਦੇ ਪਿਤਾ ਅਨਿਲ ਕਪੂਰ ਨੇ ਇੰਡੀਆ ਦੇ ਵਿੱਚ ਆਪਣੀ ਬੇਟੀ ਦੇ ਹੋਣ ਵਾਲੇ ਬੱਚੇ ਦੇ ਲਈ ਬੇਬੀ ਸ਼ਾਵਰ ਪਾਰਟੀ ਰੱਖੀ ਸੀ, ਜਿਸ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਸੀ, ਪਰ ਹੁਣ ਅਦਾਕਾਰ ਦੀ ਬੇਬੀ ਸ਼ਾਵਰ ਪਾਰਟੀ ਰੱਦ ਕਰ ਦਿੱਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ ਦੱਸਿਆ ਗਿਆ ਸੀ ਕਿ ਕੋਵਿਡ-19 ਦੇ ਕਾਰਨ ਕਪੂਰ ਪਰਿਵਾਰ ਨੇ ਸੋਨਮ ਕਪੂਰ ਦੀ ਬੇਬੀ ਸ਼ਾਵਰ ਪਾਰਟੀ ਜੋ ਹੈ ਉਹ ਰੱਦ ਕਰ ਦਿੱਤੀ। ਮੁੰਬਈ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪਰਿਵਾਰ ਨੇ ਪਾਰਟੀ ਨੂੰ ਕੈਂਸਲ ਕਰ ਦਿੱਤਾ। ਇਸ ਤੋਂ ਇਲਾਵਾ ਸੋਨਮ ਕਪੂਰ ਆਏ ਦਿਨ ਮੁੰਬਈ ਦੇ ਵਿੱਚ ਰੈਸਟੋਰੈਂਟ ਦੇ ਬਾਹਰ ਸਪੌਟ ਕੀਤੀ ਜਾਂਦੀ ਹੈ। ਆਓ ਉਹਨਾਂ ਦੀਆਂ ਹੋਰ ਵੀਡੀਓਜ਼ 'ਤੇ ਵੀ ਪਾ ਲੈਂਦੇ ਹਾਂ ਨਜ਼ਰ। ਬਾਲੀਵੁੱਡ ਐਕਟਰੈਸ ਸੁਸ਼ਮਿਤਾ ਸੇਨ ਬਿਜ਼ਨਸਮੈਨ ਲਲਿਤ ਮੋਦੀ ਨੂੰ ਡੇਟ ਕਰ ਗਏ। ਆਪਣੇ ਤੋਂ ਉਮਰ 'ਚ 10 ਸਾਲ ਵੱਡੇ ਲਲਿਤ ਮੋਦੀ ਨਾਲ ਸੁਸ਼ਮਿਤਾ ਸੇਨ ਨੂੰ ਪਿਆਰ ਹੋਇਆ। ਦੋਵਾਂ ਦੇ ਅਫੇਅਰ ਦਾ ਖੁਲਾਸਾ 14 ਜੁਲਾਈ ਨੂੰ ਹੋਇਆ, ਜਦੋਂ ਲਲਿਤ ਮੋਦੀ ਨੇ ਸੁਸ਼ਮਿਤਾ ਸੇਨ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ। ਇਹ ਗੱਲ ਅਲੱਗ ਹੈ ਕਿ ਲੋਕਾਂ ਨੇ ਕਪਲ ਦੇ ਪਿਆਰ ਨੂੰ ਦੇਖਣ ਤੋਂ ਬਾਅਦ ਹੀ ਉਹਨਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਜੀ ਹਾਂ, ਉਹਨਾਂ ਦੇ ਰਿਸ਼ਤੇ ਨੂੰ ਸਮਝਣ ਦੀ ਬਜਾਏ ਉਹਨਾਂ ਦੇ ਰਿਸ਼ਤੇ ਦਾ ਮਜ਼ਾਕ ਉਡਾਇਆ, ਨਾਲ ਹੀ ਸੁਸ਼ਮਿਤਾ ਸੇਨ ਨੂੰ ਗੋਲਡ ਡਿਗਰ ਵੀ ਕਿਹਾ। ਟ੍ਰੋਲਿੰਗ 'ਤੇ ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ ਵੱਲੋਂ ਜਵਾਬ ਆ ਚੁੱਕਿਆ। ਹੁਣ ਆਪਣੀ ਤਾਜ਼ਾ ਪੋਸਟ 'ਚ ਸੁਸ਼ਮਿਤਾ ਨੇ ਉਹਨਾਂ ਲੋਕਾਂ ਦੀ ਬੋਲਦੀ ਬੰਦ ਕੀਤੀ ਹੈ ਜਿਨ੍ਹਾਂ ਨੇ ਇਹ ਕਿਹਾ ਕਿ ਉਹ ਪੈਸਿਆਂ ਲਈ ਲਲਿਤ ਮੋਦੀ ਦੇ ਨਾਲ ਹੈ। ਸੁਸ਼ਮਿਤਾ ਸੇਨ ਨੂੰ ਗੋਲਡ ਡਿਗਰ ਬੁਲਾਇਆ ਗਿਆ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀ ਬੇਹੱਦ ਗਲੈਮਰਸ ਤਸਵੀਰ ਸਾਂਝੀ ਕਰਕੇ ਹੇਟਰਸ ਨੂੰ ਜਵਾਬ ਦਿੱਤਾ। ਤਸਵੀਰ 'ਚ ਸੁਸ਼ਮਿਤਾ ਮਨੋਕਨੀ ਦੇ ਵਿੱਚ ਨਜ਼ਰ ਆ ਰਹੀ ਹੈ, ਉਹ ਪੂਲ 'ਚ ਆਰਾਮ ਕਰ ਰਹੀ ਹੈ। ਤਸਵੀਰ 'ਚ ਉਸਦਾ ਚਿਹਰਾ ਨਹੀਂ, ਬੈਕ ਪੋਜ਼ ਨਜ਼ਰ ਆ ਰਿਹਾ। ਸੁਸ਼ਮਿਤਾ ਨੇ ਤਸਵੀਰ ਨਾਲ ਲਿਖਿਆ, ਆਪਣੀ ਹੋਂਦ ਤੇ ਅੰਤਰ ਆਤਮਾ ਨੂੰ ਪੂਰੀ ਤਰ੍ਹਾਂ ਕੇਂਦਰਿਤ। ਮੈਨੂੰ ਪਸੰਦ ਹੈ ਕਿਵੇਂ ਕੁਦਰਤ ਆਪਣੀ ਸਾਰੀ ਸ੍ਰਿਸ਼ਟੀ ਨੂੰ ਇੱਕ ਵਲੀਨ ਕਰਕੇ ਏਕਤਾ ਦਾ ਅਨੁਭਵ ਦਿੰਦੀ ਹੈ। ਕਿਵੇਂ ਅਸੀਂ ਲੋਕ ਇਸ ਨੂੰ ਅਲੱਗ ਕਰਦੇ ਹਾਂ ਜਦੋਂ ਅਸੀਂ ਬੈਲੈਂਸ ਨੂੰ ਬ੍ਰੇਕ ਕਰਦੇ ਹਾਂ। ਇਹ ਦੇਖ ਕੇ ਦਿਲ ਚੁੱਟਦਾ ਹੈ ਕਿ ਸਾਡੇ ਆਲੇ ਦੁਆਲੇ ਦੀ ਦੁਨੀਆ ਕਿੰਨੀ ਨਾਖੁਸ਼ ਤੇ ਦੁਖੀ ਹੁੰਦੀ ਜਾ ਰਹੀ ਹੈ। ਕਥਿਤ ਬੁੱਧੀਜੀਵੀ ਆਪਣੀ ਮੂਰਖਤਾ ਦੇ ਨਾਲ, ਇਗਨੋਰੈਂਟ ਲੋਕ ਆਪਣੀ ਚੀਪ ਤੇ ਫਨੀ ਗੋਸਿਪਸ ਨਾਲ, ਉਹ ਲੋਕ ਜੋ ਮੇਰੇ ਕਦੇ ਦੋਸਤ ਨਹੀਂ ਸਨ ਤੇ ਮੇਰੇ ਜਾਣੂ ਵੀ ਨਹੀਂ ਸਨ, ਮੇਰੇ ਬਾਰੇ ਵੱਡੇ ਵਿਚਾਰ ਤੇ ਮੇਰੇ ਕਿਰਦਾਰ ਬਾਰੇ ਡੂੰਘੀ ਜਾਣਕਾਰੀ ਸਾਂਝਾ ਕਰ ਰਹੇ ਨੇ, ਮੈਨੂੰ ਗੋਲਡ ਡਿਗਰ ਦੱਸ ਰਹੇ ਨੇ, ਇਹ ਜੀਨੀਅਸ ਲੋਕ। ਸੁਸ਼ਮਿਤਾ ਨੇ ਅੱਗੇ ਲਿਖਿਆ ਕਿ ਮੈਂ ਗੋਲਡ ਤੋਂ ਜ਼ਿਆਦਾ ਹੀਰੇ ਨੂੰ ਖੋਜਦੀ ਹਾਂ, ਮੈਂ ਹਮੇਸ਼ਾ ਹੀਰੇ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ, ਜਿਸ ਲਈ ਮੈਂ ਮਸ਼ਹੂਰ ਵੀ ਹਾਂ ਤੇ ਮੈਂ ਅੱਜ ਵੀ ਇਸ ਨੂੰ ਆਪਣੇ ਲਈ ਖੁਦ ਹੀ ਖਰੀਦਦੀ ਹਾਂ। ਆਪਣੀ ਇਸ ਪੋਸਟ 'ਚ ਸੁਸ਼ਮਿਤਾ ਸੇਨ ਨੇ ਆਪਣੇ ਸ਼ੁਭ ਚਿੰਤਕਾਂ ਤੇ ਸਪੋਰਟਰਸ ਦਾ ਧੰਨਵਾਦ ਵੀ ਕੀਤਾ। ਸੁਸ਼ਮਿਤਾ ਨੇ ਇਹ ਵੀ ਦੱਸਿਆ ਕਿ ਉਹ ਬਿਲਕੁਲ ਠੀਕ ਹੈ ਅਤੇ ਉਸਨੂੰ ਇਸ ਤਰ੍ਹਾਂ ਦੀਆਂ ਨਿੰਦਿਆਵਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਤੋਂ ਬਾਅਦ ਜੇ ਲਲਿਤ ਮੋਦੀ ਦੀ ਗੱਲ ਕਰੀਏ ਤਾਂ ਲਲਿਤ ਨੇ ਵੀ ਇੰਸਟਾਗ੍ਰਾਮ ਤੇ ਲੰਬੀ ਪੋਸਟ ਸਾਂਝੀ ਕਰਕੇ ਟ੍ਰੋਲਰਸ ਨੂੰ ਲੰਬੇ ਹੱਥ ਲਿਆ ਸੀ। ਲਲਿਤ ਮੋਦੀ ਨੇ ਸੁਸ਼ਮਿਤਾ ਨਾਲ ਤਸਵੀਰਾਂ ਸਾਂਝੀਆਂ ਕਰਕੇ ਕੈਪਸ਼ਨ 'ਚ ਲਿਖਿਆ, ਮੀਡੀਆ ਮੈਨੂੰ ਟ੍ਰੋਲ ਕਰਨ ਦੇ ਲਈ ਇੰਨਾ ਜ਼ਨੂਨੀ ਕਿਉਂ ਹੈ? ਜ਼ਾਹਿਰ ਤੌਰ 'ਤੇ 4 ਗਲਤ ਤਰੀਕਿਆਂ ਦੇ ਨਾਲ ਟੈਗ ਕਰ ਰਿਹਾ, ਕੀ ਕੋਈ ਸਮਝਾ ਸਕਦਾ ਹੈ? ਮੈਂ ਇੰਸਟਾ 'ਤੇ ਸਿਰਫ 2 ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਟੈਗ ਸਹੀ ਨੇ। ਮੈਨੂੰ ਲੱਗਦਾ ਹੈ ਕਿ ਅਸੀਂ ਅੱਜ ਵੀ ਪੁਰਾਣੇ ਜ਼ਮਾਨੇ 'ਚ ਰਹਿ ਰਹੇ ਹਾਂ ਕਿ 2 ਲੋਕ ਦੋਸਤ ਨਹੀਂ ਹੋ ਸਕਦੇ। ਜੇਕਰ ਉਹਨਾਂ ਦੇ ਵਿਚਾਲੇ ਕੈਮਿਸਟਰੀ ਹੈ ਤਾਂ ਸਮਾਂ ਸਹੀ ਹੈ ਤਾਂ ਜਾਦੂ ਹੋ ਸਕਦਾ ਹੈ। ਮੇਰੀ ਤੁਹਾਨੂੰ ਲੋਕਾਂ ਨੂੰ ਸਲਾਹ ਹੈ ਕਿ ਜੀਓ ਅਤੇ ਜਿਉਣ ਦਿਓ। ਆਪਣੀ ਪਹਿਲੀ ਪਤਨੀ ਬਾਰੇ ਵਿੱਚ ਉਹਨਾਂ ਨੇ ਅੱਗੇ ਲਿਖਿਆ, ਪਹਿਲੀ ਪਤਨੀ ਮੀਨਲ ਮੋਦੀ ਉਹਨਾਂ ਦੀ ਦੋਸਤ ਸੀ। ਉਹਨਾਂ ਦੀ ਅਤੇ ਮੀਨਲ ਦੀ ਦੋਸਤੀ 12 ਸਾਲ ਪੁਰਾਣੀ ਸੀ। ਉਹ ਲਲਿਤ ਦੀ ਮਾਂ ਦੀ ਦੋਸਤ ਨਹੀਂ ਸੀ। ਇਹ ਗੌਸਿਪ ਆਪਣੇ ਫਾਇਦੇ ਲਈ ਲੋਕਾਂ ਨੇ ਫੈਲਾਈ ਸੀ। ਦੂਜੇ ਦੀ ਖੁਸ਼ੀ 'ਚ ਖੁਸ਼ ਹੋਣਾ ਸਿੱਖੋ। ਉਹ ਆਪਣਾ ਸਿਰ ਹਮੇਸ਼ਾ ਚੁੱਕ ਕੇ ਚੱਲਦੇ ਨੇ, ਸਭ ਉਹਨਾਂ ਨੂੰ ਪਕੌੜਾ ਕਹਿੰਦੇ ਨੇ। ਕੋਈ ਦੱਸੇ ਕਿ ਕਿਸ ਕੋਰਟ ਨੇ ਉਹਨਾਂ ਨੂੰ ਮੁਜ਼ਰਮ ਕਰਾਰ ਦਿੱਤਾ। ਲਲਿਤ ਨੇ ਕਿਹਾ ਕਿ ਕੋਈ ਉਹਨਾਂ ਨੂੰ ਦੱਸ ਦੇਵੇ ਜੋ ਉਹਨਾਂ ਦੇਸ਼ 'ਚ ਬਣਾਇਆ ਉਹ ਕਿਸੇ ਹੋਰ ਨੇ ਕੀਤਾ ਹੈ ਜਾਂ ਨਹੀਂ।
ਮਾਮ ਟੂ ਬੀ ਐਕਟ੍ਰੈਸ ਸੋਨਮ ਕਪੂਰ ਦੀ ਗੋਦ ਭਰਾਈ ਨੂੰ ਲੈ ਕੇ ਬੀ ਟਾਊਨ ਦੀਆਂ ਹਸਤੀਆਂ ਤੇ ਫੈਨਸ ਕਾਫੀ ਐਕਸਾਈਟਡ ਸੀ, ਲੇਕਿਨ ਵੱਧਦੇ ਕੋਵਿਡ ਕੇਸਿਸ ਦੇ ਚਲਦੇ ਗੋਦ ਭਰਾਈ ਦੇ ਪ੍ਰੋਗਰਾਮ ਨੂੰ ਅਤੇ ਇਸ ਪਾਰਟੀ ਨੂੰ ਕੈਂਸਲ ਕਰ ਦਿੱਤਾ ਗਿਆ। ਇਸ ਗੱਲ ਦੀ ਪੁਸ਼ਟੀ ਕੋਰੀਓਗ੍ਰਾਫਰ ਫਾਰਾ ਖਾਨ ਨੇ ਵੀ ਕੀਤੀ ਸੀ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਫਾਰਾ ਖਾਨ ਨੂੰ ਸ਼ਹਿਰ ਦੇ ਵਿੱਚ ਸਪੋਟ ਕੀਤਾ ਗਿਆ, ਜਿੱਥੇ ਪੇਪਰਾਜ਼ੀ ਦੇ ਕੈਮਰਾ ਤੇ ਉਹਨਾਂ ਨੇ ਇਸ ਦਾ ਖੁਲਾਸਾ ਕੀਤਾ। ਫਾਰਾ ਖਾਨ ਨੂੰ ਪਰਪਲ ਕੁੜਤੇ ਅਤੇ ਗ੍ਰੇ ਪਲਾਜ਼ੋ ਦੇ ਵਿੱਚ ਸਪੋਟ ਕੀਤਾ ਗਿਆ। ਉਹਨਾਂ ਦੇ ਚਿਹਰੇ ਤੇ ਮਾਸਕ ਲੱਗਿਆ ਹੋਇਆ ਸੀ, ਹੱਥ ਵਿੱਚ ਟਰਾਂਸਪੇਰੈਂਟ ਛਤਰੀ ਸੀ, ਪੈਰਾਂ ਦੇ ਵਿੱਚ ਸਲਿੱਪਰਸ ਪਹਿਨੇ ਉਹਨਾਂ ਨੂੰ ਮੁੰਬਈ ਦੀ ਬਾਰਿਸ਼ ਦੇ ਵਿੱਚ ਬਚਦੇ ਬਚਾਉਂਦੇ ਜਾਂਦੇ ਹੋਏ ਦੇਖਿਆ ਜਾ ਸਕਦਾ ਸੀ। ਕਲਿੱਪ ਦੇ ਵਿੱਚ ਫਾਰਾ ਖਾਨ ਨੂੰ ਪੇਪਰਾਜ਼ੀ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਸੋਨਮ ਦਾ ਬੇਬੀ ਸ਼ਾਵਰ ਕੈਂਸਲ ਹੋ ਗਿਆ, ਇਸ ਲਈ ਅਸੀਂ ਲੋਕ ਉੱਥੇ ਲੰਚ ਕਰਨ ਜਾ ਰਹੇ ਹਾਂ। ਅੱਗੇ ਉਹ ਪੇਪਰਾਜ਼ੀ ਨੂੰ ਪੁੱਛਦੀ ਹੈ ਕਿ ਕੋਈ ਆਇਆ, ਇਸ ਦੇ ਫੋਟੋਗ੍ਰਾਫਰਸ ਉਹਨਾਂ ਨੂੰ ਦੱਸਦੇ ਨੇ ਕਿ ਮਹੀਪ ਕਪੂਰ ਲੰਚ ਦੇ ਲਈ ਪਹੁੰਚ ਚੁੱਕੀ ਹੈ। ਦੱਸਦੇ ਕਿ ਗੋਦ ਭਰਾਈ ਕੈਂਸਲ ਹੋਣ ਦੇ ਬਾਅਦ ਅਨਿਲ ਕਪੂਰ ਦੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਗੈਟ ਟੁਗੈਦਰ ਰੱਖਿਆ ਗਿਆ ਸੀ। ਵੀਡੀਓ ਸਾਹਮਣੇ ਆਉਣ ਦੇ ਬਾਅਦ ਨੈਟੀਜ਼ਨਸ ਦੇ ਵੱਲੋਂ ਜ਼ਬਰਦਸਤ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਲੋਕ ਫਾਰਾ ਖਾਨ ਦੇ ਰਿਐਕਸ਼ਨ ਤੇ ਹੱਸੀ ਨਹੀਂ ਰੋਕ ਪਾ ਰਹੇ। ਕਈਆਂ ਨੇ ਸੋਸ਼ਲ ਮੀਡੀਆ ਤੇ ਫਾਰਾ ਨੂੰ ਕਿਊਟ ਦੱਸਿਆ ਤਾਂ ਕਈਆਂ ਨੇ ਲਿਖਿਆ ਕਿ ਫਾਰਾ ਦਾ ਸ਼ਾਵਰ ਕਰ ਦੋ। ਦੱਸ ਦਈਏ ਕਿ ਸੋਨਮ ਕਪੂਰ ਆਪਣੇ ਪਤੀ ਆਨੰਦ ਅਹੂਜਾ ਦੇ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੀ ਹੈ। ਹਾਲ ਹੀ ਦੇ ਵਿੱਚ ਉਹਨਾਂ ਨੂੰ ਮੁੰਬਈ ਦੇ ਵਿੱਚ ਸਪੋਟ ਕੀਤਾ ਗਿਆ ਸੀ ਜਦੋਂ ਆਪਣੇ ਬੇਬੀ ਸ਼ਾਵਰ ਪਾਰਟੀ ਦੇ ਲਈ ਵਾਪਸ ਆਈ ਸੀ। ਉਸ ਤੋਂ ਪਹਿਲਾਂ ਉਹਨਾਂ ਨੂੰ ਯੈਲੋ ਆਊਟਫਿਟ ਦੇ ਵਿੱਚ ਸਪੋਟ ਕੀਤਾ ਗਿਆ ਤੇ ਹਾਲ ਹੀ ਦੇ ਵਿੱਚ ਉਹਨਾਂ ਨੂੰ ਆਪਣੇ ਪਤੀ ਦੇ ਨਾਲ ਇੱਕ ਰੈਸਟੋਰੈਂਟ ਦੇ ਬਾਹਰ ਸਪੋਟ ਕੀਤਾ ਗਿਆ। ਫਾਰਾ ਖਾਨ ਵੀ ਉਹਨਾਂ ਦੇ ਘਰ ਲੰਚ ਦੇ ਲਈ ਪਹੁੰਚੀ ਹੋਈ ਸਪੋਟ ਕੀਤੀ ਗਈ। ਆਓ ਇਹਨਾਂ ਦੀਆਂ ਇਹਨਾਂ ਸਪੋਟਡ ਵੀਡੀਓਜ਼ ਤੇ ਪਾ ਲੈਂਦੇ ਹਾਂ ਨਜ਼ਰ। ਬਾਲੀਵੁੱਡ ਦੀ ਖੂਬਸੂਰਤ ਅਤੇ ਟੈਲੈਂਟਡ ਐਕਟ੍ਰੈਸ ਭੂਮੀ ਪੇਡਨੇਕਰ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। 18 July 1989 ਨੂੰ ਮੁੰਬਈ ਦੇ ਵਿੱਚ ਜਨਮੀ ਭੂਮੀ ਪੇਡਨੇਕਰ ਦੇ ਪਿਤਾ ਸਤੀਸ਼ ਮਹਾਰਾਸ਼ਟਰ ਸਰਕਾਰ ਦੇ ਵੱਡੇ ਨੇਤਾ ਰਹੇ ਸੀ। ਭੂਮੀ ਪੇਡਨੇਕਰ ਨੇ ਬਤੌਰ ਐਕਟ੍ਰੈਸ ਸ਼ੁਰੂਆਤ ਕਰਨ ਤੋਂ ਪਹਿਲਾਂ ਯਸ਼ਰਾਜ ਫਿਲਮਸ ਦੇ ਵਿੱਚ 6 ਸਾਲ ਤੱਕ ਅਸਿਸਟੈਂਟ ਫਿਲਮ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ। ਇਸ ਬਾਅਦ ਬਾਲੀਵੁੱਡ ਡੈਬਿਊ ਦੇ ਨਾਲ ਹੀ ਪਹਿਲੀ ਫਿਲਮ ਦੇ ਲਈ ਬੈਸਟ ਡੈਬਿਊ ਦਾ ਫਿਲਮ ਫੇਅਰ ਅਵਾਰਡ ਜਿੱਤਿਆ। ਭੂਮੀ ਪੇਡਨੇਕਰ ਨੇ ਆਪਣੇ ਅਲੱਗ ਤਰ੍ਹਾਂ ਦੀ ਫਿਲਮੀ ਚੋਇਸ ਦੇ ਨਾਲ ਦਰਸ਼ਕਾਂ ਦੇ ਵਿੱਚ ਇੱਕ ਖਾਸ ਪਹਿਚਾਣ ਬਣਾਈ। ਦੱਸਦੇ ਭੂਮੀ ਪੇਡਨੇਕਰ ਨੇ ਆਯੁਸ਼ਮਾਨ ਖੁਰਾਨਾ ਦੇ ਨਾਲ ਫਿਲਮ ਦਮ ਲਗਾ ਕੇ ਹੈਸ਼ਾ ਦੇ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਫਿਲਮ ਦੇ ਵਿੱਚ ਭੂਮੀ ਨੇ ਸੰਧਿਆ ਦਾ ਕਿਰਦਾਰ ਨਿਭਾਇਆ ਸੀ ਜਿਸ ਦਾ ਵਜ਼ਨ ਕਾਫੀ ਜ਼ਿਆਦਾ ਸੀ। ਇਸ ਫਿਲਮ ਦੇ ਨਾਲ ਭੂਮੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ, ਲੇਕਿਨ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਐਕਟ੍ਰੈਸ ਅਜਿਹਾ ਧਮਾਕਾ ਕਰੇਗੀ ਕਿ ਹਰ ਕੋਈ ਹੈਰਾਨ ਰਹਿ ਜਾਵੇਗਾ। ਫਿਲਮ ਰਿਲੀਜ਼ ਹੋਈ, ਹਿੱਟ ਹੋਈ ਅਤੇ ਲੋਕ ਭੂਮੀ ਨੂੰ ਭੁੱਲ ਗਏ, ਲੇਕਿਨ ਕੁਝ ਮਹੀਨਿਆਂ ਬਾਅਦ ਜਲਦ 90 ਕਿਲੋ ਤੋਂ ਭੂਮੀ ਕਰੀਬ 32 ਕਿਲੋ ਤੱਕ ਵਜ਼ਨ ਘੱਟ ਕਰਕੇ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਭੂਮੀ ਦੇ ਬੋਲਡ ਫੋਟੋਜ਼, ਸਵੈਗ ਤੇ ਹਰ ਕੋਈ ਫਿਦਾ ਹੋਇਆ। ਇੱਕ ਵਾਰ ਫਿਰ ਉਹ ਖੂਬ ਚਰਚਾ ਦੇ ਵਿੱਚ ਆਈ। ਭੂਮੀ ਰਾਤੋਂ ਰਾਤ ਲੱਖਾਂ ਕਰੋੜਾਂ ਦਾ ਕ੍ਰਸ਼ ਬਣ ਗਈ। ਭੂਮੀ ਪੇਡਨੇਕਰ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰਾਮ ਤੇ ਐਕਟਿਵ ਰਹਿੰਦੀ ਹੈ ਅਤੇ ਫੈਨਸ ਦੇ ਲਈ ਆਪਣੇ ਫੋਟੋਜ਼, ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਭੂਮੀ ਪੇਡਨੇਕਰ ਦਾ ਬੋਲਡ ਅੰਦਾਜ਼ ਫੈਨਸ ਨੂੰ ਖੂਬ ਪਸੰਦ ਆਉਂਦਾ ਹੈ ਅਤੇ ਅਜਿਹੇ ਵਿੱਚ ਭੂਮੀ ਦੇਸੀ ਸਵੈਗ ਦੇ ਵਿੱਚ ਵੀ ਵਿਦੇਸ਼ੀ ਤੜਕਾ ਲਗਾਉਣਾ ਨਹੀਂ ਭੁੱਲਦੀ। ਭੂਮੀ ਪੇਡਨੇਕਰ ਨੇ ਫੋਟੋਜ਼, ਵੀਡੀਓਜ਼ ਦੀ ਤਾਰੀਫ ਕਰੇ ਬਿਨਾਂ ਫੈਨਸ ਖੁਦ ਨੂੰ ਰੋਕ ਨਹੀਂ ਪਾਉਂਦੇ। ਭੂਮੀ ਦੇ ਇੰਸਟਾਗ੍ਰਾਮ ਤੇ 7 ਮਿਲੀਅਨ ਤੋਂ ਅਬਵ ਫੋਲੋਅਰਸ ਨੇ। ਉਹਨਾਂ ਦੇ ਫੋਟੋਜ਼ ਕਈ ਵਾਰ ਵਾਇਰਲ ਹੋ ਚੁੱਕੇ ਨੇ। ਭੂਮੀ ਸੋਸ਼ਲ ਮੀਡੀਆ ਤੇ ਫੋਟੋ ਸ਼ੂਟਸ ਦੇ ਇਲਾਵਾ ਆਪਣੀ ਪਰਸਨਲ ਲਾਈਫ ਦੇ ਨਾਲ ਜੁੜੀਆਂ ਫੋਟੋਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦਈਏ ਕਿ ਭੂਮੀ ਪੇਡਨੇਕਰ ਦਾ ਨਾਮ ਉਹਨਾਂ ਚੁਣਿੰਦਾ ਐਕਟ੍ਰੈਸਿਸ ਦੇ ਵਿੱਚ ਸ਼ੁਮਾਰ ਹੈ ਜਿਨ੍ਹਾਂ ਨੇ ਸਿਰਫ ਨਾਮ ਦੇ ਲਈ ਫਿਲਮਾਂ ਨਹੀਂ ਕੀਤੀਆਂ। ਭੂਮੀ ਪੇਡਨੇਕਰ ਦੀਆਂ ਫਿਲਮਾਂ ਵਿੱਚ ਜਾਂ ਤਾਂ ਸਟਰੋਂਗ ਮੈਸੇਜ ਰਹਿੰਦਾ ਜਾਂ ਫਿਰ ਉਹਨਾਂ ਦਾ ਕਿਰਦਾਰ ਕਾਫੀ ਚੈਲੇਂਜਿੰਗ ਰਹਿੰਦਾ ਹੈ। ਇਹੀ ਵਜ੍ਹਾ ਹੈ ਕਿ ਖਾਸ ਤੌਰ ਤੇ ਬਤੌਰ ਐਕਟ੍ਰੈਸ ਭੂਮੀ ਪੇਡਨੇਕਰ ਕ੍ਰਿਟਿਕਸ ਅਤੇ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ। ਦਮ ਲਗਾ ਕੇ ਹੈਸ਼ਾ ਸਾਲ 2015 ਦੇ ਵਿੱਚ ਆਈ ਸੀ। ਟੋਇਲਟ ਇੱਕ ਪ੍ਰੇਮ ਕਥਾ, ਘਰ ਦੇ ਵਿੱਚ ਟੋਇਲਟ ਹੋਣਾ ਕਿੰਨਾ ਜ਼ਰੂਰੀ ਹੈ। ਅਕਸ਼ੇ ਕੁਮਾਰ ਦੇ ਨਾਲ ਭੂਮੀ ਪੇਡਨੇਕਰ ਨੇ ਟੋਇਲਟ ਇੱਕ ਪ੍ਰੇਮ ਕਥਾ ਦੇ ਵਿੱਚ ਇਹੀ ਮੈਸੇਜ ਦਿੱਤਾ। ਇਸ ਤੋਂ ਇਲਾਵਾ ਸ਼ੁਭ ਮੰਗਲ, ਸਾਵਧਾਨ, ਸਾਂਢ ਕੀ ਆਂਖ, ਵਧਾਈ ਦੋ ਵਰਗੀਆਂ ਫਿਲਮਾਂ ਦੇ ਵਿੱਚੋਂ ਨਜ਼ਰ ਆਏ ਜੋ ਕਾਫੀ ਹਿੱਟ ਰਹੀਆਂ। ਭੂਮੀ ਪੇਡਨੇਕਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਫਿਲਮਾਂ ਦੇ ਵਿੱਚ ਨਜ਼ਰ ਆਵੇਗੀ। ਸਭ ਤੋਂ ਪਹਿਲਾਂ ਭੂਮੀ ਅਕਸ਼ੇ ਕੁਮਾਰ ਦੇ ਨਾਲ ਫਿਲਮ ਰਕਸ਼ਾ ਬੰਧਨ ਦੇ ਵਿੱਚ ਨਜ਼ਰ ਆਵੇਗੀ। ਫਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਦੇ ਇਲਾਵਾ ਭੂਮੀ ਪੇਡਨੇਕਰ ਦੀ ਅਪਕਮਿੰਗ ਫਿਲਮਾਂ ਦੀ ਲਿਸਟ ਦੇ ਵਿੱਚ ਦ ਲੇਡੀ ਕਿਲਰ, ਬਖਸ਼ਕ, ਗੋਵਿੰਦਾ ਨਾਮ ਮੇਰਾ, ਭੀੜ, ਤਖ਼ਤ ਅਫਵਾਹ ਸ਼ਾਮਿਲ ਹੈ। ਉਧਰ ਹੀ ਕਰਨ ਜੌਹਰ ਦੀ ਤਖ਼ਤ ਨੂੰ ਲੈ ਕੇ ਅਲੱਗ ਅਲੱਗ
ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਅਜਿਹੇ ਵਿੱਚ ਇਸ ਫਿਲਮ ਦੇ ਬਾਰੇ ਇਹਦੇ ਵਿੱਚ ਪੁਖਤਾ ਤੌਰ 'ਤੇ ਵੀ ਕੁਝ ਕਹਿਣਾ ਮੁਸ਼ਕਿਲ ਹੈ, ਪਰ ਭੂਮੀ ਦਾ ਇਸ ਵਿੱਚ ਨਾਮ ਵੀ ਆ ਰਿਹਾ। ਫਿਲਹਾਲ ਅੱਜ ਇੱਕ ਖੂਬਸੂਰਤ ਅਤੇ ਬਾਕਮਾਲ ਟੈਲੈਂਟਿਡ ਅਦਾਕਾਰਾ ਆਪਣਾ ਜਨਮਦਿਨ ਮਨਾ ਰਹੀ ਹੈ। ਉਹਨਾਂ ਨੂੰ ਉਹਨਾਂ ਦੇ ਜਨਮਦਿਨ 'ਤੇ ਹਾਰਦਿਕ ਮੁਬਾਰਕਬਾਦ। ਇੰਟਰਨੈਸ਼ਨਲ ਸਟਾਰ ਬਣ ਚੁੱਕੀ ਐਕਟ੍ਰੈਸ ਪ੍ਰਿਯੰਕਾ ਚੋਪੜਾ ਅੱਜ ਦੇ ਸਮੇਂ ਦੇ ਵਿੱਚ ਬੇਹੱਦ ਮਸ਼ਹੂਰ ਸੈਲੀਬ੍ਰਿਟੀ ਹੈ। ਪ੍ਰਿਯੰਕਾ ਚੋਪੜਾ ਦਾ ਜਨਮ 18 ਜੁਲਾਈ 1982 ਨੂੰ ਹੋਇਆ ਸੀ। ਜੀ ਹਾਂ, ਯਾਨੀ ਕਿ ਅੱਜ ਪ੍ਰਿਯੰਕਾ ਚੋਪੜਾ ਆਪਣਾ ਜਨਮਦਿਨ ਮਨਾ ਰਹੀ ਹੈ। ਦੇਸੀ ਗਰਲ ਨੇ ਨਿੱਕ ਜੋਨਸ ਦੇ ਨਾਲ ਵਿਆਹ ਕਰ ਆਪਣਾ ਘਰ ਵੀ ਵਸਾ ਲਿਆ। ਦੱਸਦੇ ਕਿ ਪ੍ਰਿਯੰਕਾ ਚੋਪੜਾ ਦਾ ਨਾਮ ਕਈ ਐਕਟ੍ਰੈਸ ਦੇ ਨਾਲ ਜੁੜ ਚੁੱਕਿਆ ਹੈ, ਲੇਕਿਨ ਪ੍ਰਿਯੰਕਾ ਚੋਪੜਾ ਤੇ ਸ਼ਾਹਰੁਖ ਖਾਨ ਦਾ ਅਫੇਅਰ ਕਾਫੀ ਚਰਚਾ ਦੇ ਵਿੱਚ ਰਿਹਾ ਸੀ। ਜੀ ਹਾਂ, ਆਓ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਉਹਨਾਂ ਦੇ ਬਾਰੇ ਉੱਡੀਆਂ ਅਫਵਾਹਾਂ ਅਤੇ ਮੀਡੀਆ ਰਿਪੋਰਟਸ ਦੇ ਵਿੱਚ ਦਾਅਵਿਆਂ ਬਾਰੇ। ਮੀਡੀਆ ਰਿਪੋਰਟਸ ਦੇ ਅਨੁਸਾਰ ਪ੍ਰਿਯੰਕਾ ਚੋਪੜਾ ਤੇ ਸ਼ਾਹਰੁਖ ਖਾਨ ਇੱਕ ਸਮੇਂ ਬੇਹੱਦ ਕਰੀਬ ਆ ਗਏ ਸੀ। ਜੀ ਹਾਂ, ਐਕਟਰ ਸ਼ਾਹਰੁਖ ਖਾਨ ਅਤੇ ਪ੍ਰਿਯੰਕਾ ਚੋਪੜਾ ਨੇ ਫਿਲਮ ਡੌਨ ਦੇ ਦੌਰਾਨ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਪ੍ਰਿਯੰਕਾ ਤੇ ਸ਼ਾਹਰੁਖ ਖਾਨ ਅਕਸਰ ਦੇਰ ਰਾਤ ਨਜ਼ਰ ਆਉਂਦੇ ਸੀ, ਲੇਕਿਨ ਸ਼ਾਹਰੁਖ ਖਾਨ ਨੇ ਪ੍ਰਿਯੰਕਾ ਚੋਪੜਾ ਦੇ ਨਾਲ ਆਪਣੇ ਅਫੇਅਰ ਨੂੰ ਲੈ ਕੇ ਕਿਹਾ ਸੀ ਕਿ ਅਸੀਂ ਚੰਗੇ ਦੋਸਤ ਹਾਂ। ਪ੍ਰਿਯੰਕਾ ਚੋਪੜਾ ਨੇ ਵੀ ਕਦੇ ਖੁੱਲ੍ਹ ਕੇ ਆਪਣੇ ਅਤੇ ਸ਼ਾਹਰੁਖ ਖਾਨ ਦੇ ਅਫੇਅਰ ਦੇ ਬਾਰੇ ਕੁਝ ਨਹੀਂ ਬੋਲਿਆ। ਇੱਕ ਟਾਕ ਸ਼ੋਅ ਡਰਟੀ ਲਾਂਡਰੀ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਐਕਟ੍ਰੈਸ ਬਰਾਊਨ ਕਲਰ ਦੀ ਜੈਕਟ ਪਹਿਨੇ ਪਹੁੰਚੀ ਸੀ। ਸ਼ੋਅ ਦੇ ਫਾਰਮੈਟ ਦੇ ਅਨੁਸਾਰ ਸੈਲੀਬ੍ਰਿਟੀ ਨੂੰ ਆਪਣਾ ਇੱਕ ਸਮਾਨ ਸ਼ੋਅ ਦੇ ਵਿੱਚ ਛੱਡ ਕੇ ਆਉਣਾ ਹੁੰਦਾ ਹੈ। ਅਜਿਹੇ ਵਿੱਚ ਪ੍ਰਿਯੰਕਾ ਚੋਪੜਾ ਨੇ ਆਪਣਾ ਬਰਾਊਨ ਕਲਰ ਦਾ ਜੈਕਟ ਛੱਡਿਆ ਸੀ। ਉਹਨਾਂ ਨੇ ਦੱਸਿਆ ਸੀ ਕਿ ਇਹ ਜੈਕਟ ਉਹਨਾਂ ਦੇ ਐਕਸ ਬੁਆਏਫ੍ਰੈਂਡ ਦਾ ਹੈ, ਜਿਸ ਦਾ ਇਸਤੇਮਾਲ ਉਹ ਏਅਰਪੋਰਟ ਤੇ ਕਰਦੀ ਹੈ। ਇਸ ਦੇ ਬਾਅਦ ਸੋਸ਼ਲ ਮੀਡੀਆ ਤੇ ਕਈ ਅਜਿਹੀਆਂ ਫੋਟੋਆਂ ਸਾਹਮਣੇ ਆਈਆਂ ਸੀ ਜਿਸ ਵਿੱਚ ਸ਼ਾਹਰੁਖ ਖਾਨ ਨੇ ਵੀ ਇਹ ਜੈਕਟ ਪਹਿਨਿਆ ਹੋਇਆ ਸੀ। ਸ਼ਾਹਰੁਖ ਖਾਨ ਅਕਸਰ ਆਪਣੇ ਘਰ ਦੀ ਪਾਰਟੀ ਦੇ ਵਿੱਚ ਪ੍ਰਿਯੰਕਾ ਚੋਪੜਾ ਨੂੰ ਇਨਵਾਈਟ ਕਰਦੇ ਸੀ। ਮੀਡੀਆ ਰਿਪੋਰਟਸ ਦੇ ਅਨੁਸਾਰ ਸ਼ਾਹਰੁਖ ਖਾਨ ਨੇ ਕਰਨ ਜੌਹਰ ਦੇ ਘਰ ਦੇ ਵਿੱਚ ਹੋ ਰਹੀ ਪਾਰਟੀ ਦੇ ਵਿੱਚ ਪ੍ਰਿਯੰਕਾ ਚੋਪੜਾ ਨੂੰ ਜ਼ਬਰਦਸਤੀ ਬੁਲਾਇਆ ਸੀ। ਇਸ ਦੇ ਬਾਅਦ ਸ਼ਾਹਰੁਖ ਖਾਨ ਨੇ ਪ੍ਰਿਯੰਕਾ ਨੂੰ ਸਭ ਦੇ ਨਾਲ ਮਿਲਵਾਇਆ ਸੀ। ਸੂਤਰਾਂ ਦੇ ਅਨੁਸਾਰ ਗੌਰੀ ਖਾਨ ਨੂੰ ਸ਼ਾਹਰੁਖ ਖਾਨ ਅਤੇ ਪ੍ਰਿਯੰਕਾ ਦਾ ਇੰਨਾ ਕਰੀਬ ਹੋਣਾ ਪਸੰਦ ਨਹੀਂ ਸੀ। ਜੀ ਹਾਂ, ਯਾਨੀ ਕਿ ਹਲੇ ਤੱਕ ਮਿਸਟਰੀ ਬਣੀ ਹੋਈ ਹੈ। ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਉਹਨਾਂ ਨੇ ਸਫ਼ਰ ਤੈਅ ਕੀਤਾ। ਇੰਡਸਟਰੀ ਦੇ ਵਿੱਚ ਦੇਸੀ ਗਰਲ ਦੇ ਨਾਮ ਦੇ ਨਾਲ ਮਸ਼ਹੂਰ ਪ੍ਰਿਯੰਕਾ ਹਾਈਐਸਟ ਪੇਡ ਐਕਟ੍ਰੈਸ ਦੇ ਲਿਸਟ ਵਿੱਚ ਵੀ ਸ਼ੁਮਾਰ ਹੈ। ਬਾਲੀਵੁੱਡ ਐਕਟ੍ਰੈਸ ਪ੍ਰਿਯੰਕਾ ਚੋਪੜਾ ਆਪਣੇ ਵਿਆਹ ਦੇ ਬਾਅਦ ਤੋਂ ਹੀ ਨਿੱਕ ਜੋਨਸ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੀ ਹੈ। ਕਦੇ ਕਦਾਰ ਸ਼ੂਟਿੰਗ ਦੇ ਸਿਲਸਿਲੇ ਦੇ ਵਿੱਚ ਜਾਂ ਫੈਮਿਲੀ ਨੂੰ ਮਿਲਣ ਦੇ ਲਈ ਐਕਟ੍ਰੈਸ ਇੰਡੀਆ ਆਉਂਦੀ ਹੈ। ਅਜਿਹੇ ਵਿੱਚ ਕਪਲ ਦੇ ਕੋਲ ਲਗਜ਼ਰੀ ਗੱਡੀਆਂ ਦਾ ਕਲੈਕਸ਼ਨ ਵੀ ਹੈ। ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਨੂੰ ਮਿਲਾ ਕੇ ਕੁੱਲ 8 ਲਗਜ਼ਰੀ ਗੱਡੀਆਂ ਦਾ ਕਲੈਕਸ਼ਨ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਹਨਾਂ ਨੂੰ ਗੱਡੀਆਂ ਦਾ ਕਿੰਨਾ ਸ਼ੌਂਕ ਹੈ। ਪ੍ਰਿਯੰਕਾ ਚੋਪੜਾ ਦੀਆਂ ਫਿਲਮਾਂ ਸੁਪਰ ਡੁਪਰ ਹਿੱਟ ਰਹੀਆਂ, ਇਸੇ ਦੇ ਨਾਲ ਉਹਨਾਂ ਨੇ ਬਾਲੀਵੁੱਡ ਤੋਂ ਹਾਲੀਵੁੱਡ ਦਾ ਰਸਤਾ ਬਣਾ ਲਿਆ ਤੇ ਅੱਜ ਇਹ ਖੂਬਸੂਰਤ ਅਦਾਕਾਰਾ ਆਪਣਾ ਜਨਮਦਿਨ ਮਨਾ ਰਹੀ ਹੈ। ਉਹਨਾਂ ਨੂੰ ਉਹਨਾਂ ਦੇ ਜਨਮਦਿਨ 'ਤੇ ਹਾਰਦਿਕ ਮੁਬਾਰਕਬਾਦ। ਅਗਲੀ ਜਨਮ ਮੋਹੇ ਬਿਟੀ ਹੀ ਗੀਜੋ ਫੇਮ ਰਤਨ ਰਾਜਪੂਤ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਛਾ ਗਈ ਹੈ। ਜੀ ਹਾਂ, ਰਤਨ ਰਾਜਪੂਤ ਹੁਣ ਸਿਰਫ ਇੱਕ ਐਕਟ੍ਰੈਸ ਨਹੀਂ ਰਹੀ, ਉਹ ਐਕਟਰ ਹੋਣ ਦੇ ਨਾਲ ਨਾਲ ਵਲੌਗਰ ਅਤੇ ਕਿਸਾਨ ਵੀ ਬਣ ਚੁੱਕੀ ਹੈ। ਰਤਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖਬਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਐਕਟ੍ਰੈਸ ਕੋਲ ਸ਼ਾਇਦ ਕੰਮ ਨਹੀਂ ਹੈ ਜਾਂ ਫਿਰ ਉਹਨਾਂ ਨੇ ਐਕਟਿੰਗ ਨੂੰ ਛੱਡ ਦਿੱਤਾ ਹੈ। ਜੀ ਹਾਂ, ਕਿਹਾ ਜਾ ਰਿਹਾ ਹੈ ਕਿ ਰਤਨ ਨੇ ਐਕਟਿੰਗ ਛੱਡ ਕਿਸਾਨੀ ਸ਼ੁਰੂ ਕਰ ਦਿੱਤੀ ਹੈ। ਇਹਨਾਂ ਸਾਰੀਆਂ ਖਬਰਾਂ ਤੇ ਹੁਣ ਐਕਟ੍ਰੈਸ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਵਲੌਗ ਸਾਂਝਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ 2 ਸਾਲ ਪਹਿਲਾਂ ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਸੀ। ਉਧਰ ਕਈ ਐਕਟ੍ਰੈਸ ਨੂੰ ਕੰਮ ਮਿਲਣਾ ਬੰਦ ਹੋ ਗਿਆ ਸੀ। ਕਾਫੀ ਸਮੇਂ ਤੋਂ ਇੰਡਸਟਰੀ ਦੇ ਵਿੱਚ ਰਤਨ ਰਾਜਪੂਤ ਵੀ ਨਹੀਂ ਦਿਖਾਈ ਦਿੱਤੀ ਸੀ, ਤਾਂ ਅਜਿਹੇ ਵਿੱਚ ਸਭ ਨੂੰ ਲੱਗਦਾ ਸੀ ਕਿ ਸ਼ਾਇਦ ਉਹਨਾਂ ਨੇ ਐਕਟਿੰਗ ਛੱਡ ਕੇ ਖੇਤੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਆਪਣੇ ਵਲੌਗਸ ਦੇ ਵਿੱਚ ਉਹ ਆਏ ਦਿਨ ਹੀ ਕੁਝ ਨਵਾਂ ਸਾਂਝਾ ਕਰਦੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਲੱਗਿਆ ਸੀ ਸ਼ਾਇਦ ਉਹ ਘਰੇਲੂ ਚੀਜ਼ਾਂ ਦੇ ਬਾਰੇ ਸੋਚ ਰਹੀ ਹੈ। ਫਿਰ ਉਹਨਾਂ ਨੇ ਆਪਣਾ ਯੂਟਿਊਬ ਚੈਨਲ ਚਲਾਇਆ, ਜਿਸ ਤੋਂ ਬਾਅਦ ਸਭ ਚੀਜ਼ਾਂ ਸਾਹਮਣੇ ਆਉਣ ਲੱਗੀਆਂ। ਜੀ ਹਾਂ, ਜਿੱਥੇ ਰਤਨ ਰਾਜਪੂਤ ਆਪਣੇ ਡੇਲੀ ਰੋਜ਼ਾਨਾ ਜ਼ਿੰਦਗੀ ਨੂੰ ਸਾਂਝਾ ਕਰ ਰਹੀ ਹੈ। ਜੀ ਹਾਂ, ਜਿਸ ਵਿੱਚ ਖੇਤੀ ਕਰਦਾ ਦੇਖ ਐਕਟ੍ਰੈਸ ਨੂੰ ਦੇਖਿਆ ਤਾਂ ਲੋਕਾਂ ਨੇ ਸੋਚਿਆ ਸ਼ਾਇਦ ਉਹਨਾਂ ਨੇ ਐਕਟਿੰਗ ਦੀ ਦੁਨੀਆ ਨੂੰ ਅਲਵਿਦਾ ਦਿੱਤਾ। ਉਹਨਾਂ ਨੇ ਆਪਣੇ ਨਵੇਂ ਬਲੌਗ ਦੇ ਵਿੱਚ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਖਬਰਾਂ ਦੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਜਿਹਾ ਕਿਉਂ ਲਿਖ ਦਿੱਤਾ ਕਿ ਮੇਰੇ ਕੋਲ ਕੰਮ ਨਹੀਂ ਹੈ, ਇਸ ਲਈ ਖੇਤੀ ਕਰ ਰਹੀ ਹਾਂ। ਕੀ ਇੱਕ ਐਕਟਰ ਐਕਟਿੰਗ ਦੇ ਨਾਲ ਕਿਸਾਨੀ ਨਹੀਂ ਕਰ ਸਕਦਾ? ਅੱਗੇ ਗੱਲ ਕਰਦੇ ਹੋਏ ਕਹਿੰਦੀ ਹੈ ਕਿ ਉਹਨਾਂ ਦੇ ਕੋਲ ਜ਼ਮੀਨ ਦਾ ਇੱਕ ਟੁਕੜਾ ਵੀ ਨਹੀਂ ਹੈ, ਉਹ ਦੂਸਰੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਖੇਤੀ ਕਰਦੀ ਹੈ। ਖੇਤੀ ਕਰਨਾ ਉਹਨਾਂ ਦਾ ਜ਼ਨੂਨ ਹੈ, ਇਸ ਦੇ ਨਾਲ ਉਹਨਾਂ ਨੂੰ ਖੁਸ਼ੀ ਮਿਲਦੀ ਹੈ, ਲੇਕਿਨ ਇਸਦਾ ਮਤਲਬ ਇਹ ਨਹੀਂ ਕਿ ਉਸਨੇ
ਐਕਟਿੰਗ ਛੱਡ ਦਿੱਤੀ ਹੈ। ਖੁਦ ਦੇ ਬਾਰੇ ਉੱਡ ਰਹੀਆਂ ਅਲੱਗ ਅਲੱਗ ਖ਼ਬਰਾਂ ਤੇ ਰਿਐਕਟ ਕਰਦੇ ਹੋਏ ਰਤਨ ਰਾਜਪੂਤ ਕਹਿੰਦੀ ਹੈ ਕਿ ਉਹ ਐਕਟਿੰਗ ਕਦੇ ਨਹੀਂ ਛੱਡੇਗੀ। ਟੈਲੀਵਿਜ਼ਨ ਸ਼ੋਜ਼ ਉਹ ਅਗਲੇ ਸਾਲ ਕਰੇਗੀ ਕਿਉਂਕਿ ਇਸ ਸਾਲ ਉਹਨਾਂ ਨੂੰ ਟ੍ਰੈਵਲ ਕਰਨਾ ਹੈ। ਲੇਕਿਨ ਹਾਂ, ਇਸ ਸਮੇਂ ਉਹ OTT ਪਲੇਟਫਾਰਮ ਤੇ ਆ ਰਹੀ ਹੈ, ਸੀਰੀਜ਼ ਅਤੇ ਫਿਲਮਾਂ ਦੇ ਵਿੱਚ ਉਹ ਕਾਫੀ ਖੁਸ਼ ਹੈ, ਇਸ ਲਈ ਉਹਨਾਂ ਦੀ ਸੀਰੀਜ਼ ਕਰਨ ਦਾ ਮਨ ਹੈ। ਵੀਡੀਓ ਦੇ ਅੰਤ ਵਿੱਚ ਰਤਨ ਪ੍ਰੋਡਿਊਸਰ ਤੋਂ ਕੰਮ ਮੰਗਦੇ ਹੋਏ ਕਹਿੰਦੀ ਹੈ ਕਿ ਮੈਨੂੰ ਕੰਮ ਦਿਓ। ਇਹ ਕੰਮ ਉਹਨਾਂ ਨੇ ਖੁਸ਼ੀ ਖੁਸ਼ੀ ਮੰਗਿਆ, ਪਰ ਇਸਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਕੋਲ ਕਰਨ ਦੇ ਲਈ ਕੁਛ ਨਹੀਂ ਹੈ। ਆਓ ਕੀ ਕਹਿਣਾ ਸੀ ਉਹਨਾਂ ਦਾ ਇਸ ਵਲੌਗ ਦੇ ਵਿੱਚ ਨਜ਼ਰ ਪਾਉਂਦੇ ਹਾਂ। इंडस्ट्री में बनी हुई हूँ और इंडस्ट्री में हूँ इसलिए मुंबई में हूँ, और मैं मुंबई के आस पास इधर उधर घूमती हुई जहां भी दिखूंगी वो सब सोशल मीडिया पर दिखेगा, इसलिए मैं रिटायर हो ही नहीं सकती। मैं तो चाह करके भी रिटायर नहीं हो सकती, बिकॉज मैं सोशल मीडिया पे आप लोगों के साथ बनी रहूंगी। मेरी लाइव ऑडियंस मेरे साथ है। थैंक यू। इस चीज के लिए अवार्ड क्यों नहीं दिया जाता यार? टीवी पे काम करो, पूरे सहूलियत के साथ काम करो तो अवार्ड मिलता है। और अगर इतना घूम कर भटक कर थक कर मतलब क्या कुछ नहीं करते हैं हम ट्रैवलिंग करने में, उसको कोई रिकॉग्नाइज ही नहीं करता, कोई अवार्ड ही नहीं देता। ਪੰਜਾਬੀ ਗਾਇਕ ਕਰਨ ਔਜਲਾ ਇਹ ਦਿਨੀ ਆਸਟ੍ਰੇਲੀਆ ਵਿਖੇ ਆਪਣੇ ਲਾਈਵ ਸ਼ੋਜ਼ ਦੇ ਲਈ ਪਹੁੰਚੇ ਹੋਏ ਨੇ। ਆਸਟ੍ਰੇਲੀਆ ਦੇ ਪਰਥ ਵਿਖੇ ਬੀਤੇ ਦਿਨੀ ਕਰਨ ਔਜਲਾ ਦਾ ਸ਼ੋਅ ਸੀ। ਇਸ ਦੌਰਾਨ ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਕਰਨ ਔਜਲਾ ਦੇ ਲਾਈਵ ਸ਼ੋਅ ਤੋਂ ਇੱਕ ਤਸਵੀਰ ਤੇ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸਿੱਧੂ ਮੂਸੇਵਾਲਾ, ਦੀਪ ਸਿੱਧੂ, ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਕ ਤਸਵੀਰ ਸਕਰੀਨ ਤੇ ਚਲਾਈ ਗਈ ਹੈ। ਇਸ ਤਸਵੀਰ ਦੇ ਨਾਲ ਲਿਖਿਆ ਗਿਆ, ਰੈਸਟ ਇਨ ਪੀਸ ਬ੍ਰਦਰਸ, ਯਾਨੀ ਭਰਾਵਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਕਰਨ ਔਜਲਾ ਨੂੰ ਵੀ ਡੂੰਘਾ ਸਦਮਾ ਲੱਗਾ। ਕਰਨ ਔਜਲਾ ਨੇ ਆਪਣਾ ਗੀਤ ਗੇਮ ਓਵਰ ਵੀ ਇਸ ਦੇ ਚੱਲਦਿਆਂ ਪੋਸਟਪੋਨ ਕਰ ਦਿੱਤਾ ਸੀ। ਆਪਣੇ ਪੋਸਟਾਂ ਰਾਹੀਂ ਕਰਨ ਔਜਲਾ ਨੇ ਸਿੱਧੂ ਮੂਸੇਵਾਲੇ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਸੀ। ਕਰਨ ਔਜਲਾ ਅਤੇ ਸਿੱਧੂ ਮੂਸੇਵਾਲਾ, ਇਹਨਾਂ ਦੋਨਾਂ ਦੀ ਗਾਇਕੀ ਦੇ ਵਿੱਚ ਕਿਤੇ ਨਾ ਕਿਤੇ ਕੰਪੀਟੀਸ਼ਨ ਦੇਖਣ ਨੂੰ ਮਿਲਦਾ ਹੁੰਦਾ ਸੀ। ਜੀ ਹਾਂ, ਇਹਨਾਂ ਦੀ ਸੌਂਗ ਵਾਰ ਵੀ ਦੇਖਣ ਨੂੰ ਮਿਲਦੀ ਹੁੰਦੀ ਸੀ। ਪਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੇ ਉਹਨਾਂ ਦੇ ਲਈ ਪੋਸਟ ਸਾਂਝੀ ਕੀਤੀ ਸੀ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਨੂੰ ਵੀ ਪੋਸਟਪੋਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਭ ਨੇ ਕਿਹਾ ਸੀ ਕਿ ਕਰਨ ਔਜਲਾ ਨੂੰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੇ ਨਾਲ ਮਿਲਣਾ ਚਾਹੀਦਾ ਹੈ। ਤੁਹਾਨੂੰ ਦੱਸੀਏ ਕਿ ਹੁਣ ਹਾਲ ਹੀ ਦੇ ਵਿੱਚ ਕਰਨ ਔਜਲਾ ਨੇ ਉਹਨਾਂ ਨੂੰ ਆਪਣੇ ਲਾਈਵ ਕਾਨਸਰਟ ਦੇ ਦੌਰਾਨ ਸ਼ਰਧਾਂਜਲੀ ਦਿੱਤੀ, ਜਿਸ ਨੂੰ ਦੇਖਦਿਆਂ ਹਰ ਕੋਈ ਭਾਵੁਕ ਵੀ ਹੋ ਰਿਹਾ। ਜੀ ਹਾਂ, ਹਰ ਕਿਸੇ ਦੀ ਬਸ ਇਹੀ ਉਮੀਦ ਹੈ ਕਿ ਕਰਨ ਔਜਲਾ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਮਿਲਣ। ਉਹਨਾਂ ਨੇ ਇਸ ਸ਼ੋਅ ਦੇ ਵਿੱਚ ਦੀਪ ਸਿੱਧੂ ਅਤੇ ਸੰਦੀਪ ਨੰਗਲ ਅੰਬੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ। ਜ਼ਿਕਰ ਹੋ ਗਿਆ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੰਦੀਪ ਨੰਗਲ ਅੰਬੀਆਂ ਦਾ ਵੀ ਕਬੱਡੀ ਸ਼ੋਅ ਦੌਰਾਨ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ। ਉਧਰ ਦੀਪ ਸਿੱਧੂ ਦਾ ਇੱਕ ਸੜਕ ਦੁਰਘਟਨਾ ਦੇ ਵਿੱਚ ਦੇਹਾਂਤ ਹੋ ਗਿਆ ਸੀ। ਤੁਹਾਨੂੰ ਦੱਸਦੇ ਕਿ ਸੰਦੀਪ ਨੰਗਲ ਅੰਬੀਆਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਤੋਂ ਬਾਅਦ ਇਹ ਮਾਮਲਾ ਬਹੁਤ ਜ਼ਿਆਦਾ ਭਖਿਆ ਸੀ। ਦੀਪ ਸਿੱਧੂ ਦੇ ਵੀ ਸੜਕ ਦੁਰਘਟਨਾ ਦੌਰਾਨ ਹੋਏ ਦੇਹਾਂਤ ਤੋਂ ਬਾਅਦ ਲਗਾਤਾਰ ਇਸ ਖਬਰ ਬਾਰੇ ਚਰਚਾ ਚੱਲਦੀ ਰਹੀ। ਉਧਰ ਹੀ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ, ਜਦੋਂ ਉਹ ਆਪਣੇ ਘਰੋਂ ਥਾਰ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਜ਼ਰੂਰੀ ਕੰਮ ਦੇ ਲਈ ਨਿਕਲੇ ਸਨ। ਜਿਹਾਂ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਘੇਰ ਕੇ ਗੋਲੀਆਂ ਨਾਲ ਭੁੰਨ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ। ਉਦੋਂ ਤੋਂ ਹੀ ਇਹ ਮਾਮਲਾ ਲਗਾਤਾਰ ਭਖਿਆ ਹੋਇਆ ਅਤੇ ਹਰ ਕੋਈ ਉਹਨਾਂ ਦੇ ਲਈ ਇਨਸਾਫ ਦੀ ਮੰਗ ਕਰ ਰਿਹਾ। ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੀ ਵੀ ਬੀਤੇ ਦਿਨਾਂ ਤੋਂ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਜਿਸ ਵਿੱਚ ਆਪਣੇ ਪੁੱਤ ਦੇ ਲਈ ਇਨਸਾਫ ਅਤੇ ਉਹਨਾਂ ਦੇ ਕਾਤਲਾਂ ਨੂੰ ਬੁੱਝਦਿਲ ਆਖ ਰਹੇ ਨੇ। ਆਓ ਇਸ ਵੀਡੀਓ 'ਤੇ ਵੀ ਪਾ ਲੈਂਦੇ ਹਾਂ ਇੱਕ ਨਜ਼ਰ। ਮੇਰਾ ਪੁੱਤ 2 ਕਰੋੜ ਰੁਪਈਆ ਟੈਕਸ ਭਰੇ ਸਾਲ ਦਾ, ਪਰ ਹਸ਼ਰ ਤੁਹਾਡੇ ਸਾਹਮਣੇ ਹੈ। ਇਹ ਕਮੀਆਂ ਨੇ ਭਰਾਵੋ, ਇਹ ਆਪਾਂ ਨੂੰ ਧਿਆਨ 'ਚ ਰੱਖਣੀਆਂ ਪੈਣਗੀਆਂ। ਔਰ ਮੇਰੀ ਤਾਂ ਇਨਸਾਫ ਦੀ ਗੁਹਾਰ ਉਹ ਸੱਚੇ ਮਾਲਕ 'ਤੇ ਹੈ ਵੀ ਮੇਰੇ ਨੇ ਕਿਤੇ ਕਿਸੇ ਦਾ ਮਾੜਾ ਨਹੀਂ ਕੀਤਾ, ਮੇਰੇ ਪਰਿਵਾਰ ਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ। ਇਹ ਜਿਹੜੇ ਦੋਸ਼ ਲਾਉਂਦੇ ਆ ਬੇਬੁਨਿਆਦ ਨੇ, ਝੂਠੇ ਨੇ, ਆਪਣੇ ਆਪ ਨੂੰ ਸਾਬਤ ਕਰਨ ਲਈ TV ਚੈਨਲਾਂ 'ਤੇ ਬਹਿ ਕੇ ਇੰਟਰਵਿਊਆਂ ਦਿੰਦੇ ਨੇ। ਸਾਡੇ ਕਿਰਦਾਰ ਇਹਨਾਂ ਵਰਗੇ ਨਹੀਂ। ਜੇ ਅਸੀਂ ਝੂਠੇ ਹੁੰਦੇ
ਜੇ ਅਸੀਂ ਮਾੜੇ ਹੁੰਦੇ ਤਾਂ ਇੰਨਾ ਇਕੱਠ ਅੱਜ ਵੇਖਣ ਨੂੰ ਨਹੀਂ ਮਿਲਦਾ ਸੀ, ਅੱਜ 50 ਦਿਨ ਤੋਂ ਉੱਤੇ ਆਉਣ ਵਾਲੇ ਹੋ ਗਏ। ਸੱਚ ਸਿਰ ਚੜ੍ਹ ਕੇ ਬੋਲਦਾ ਭਰਾਵੋ, ਜੋ ਸੱਚ ਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਬਹੁਤ ਔਖਾ ਹੈ 27 ਸਾਲਾਂ ਦੇ ਪੁੱਤ ਦੇ ਪੁੱਤ ਲਾਉਣੇ, ਪਰ ਆਪਾਂ ਇਸ ਸਿਸਟਮ ਦੇ ਖਿਲਾਫ ਲੜਾਂਗੇ। ਤੁਹਾਡੇ ਨਾਲ ਵਾਅਦਾ ਕਰਦਾ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ, ਕਿਉਂਕਿ ਇਨਵੈਸਟੀਗੇਸ਼ਨ ਸਭ ਆਪੋ ਆਪਣਾ ਕੰਮ ਚੱਲੀ ਜਾਂਦਾ। ਹਾਲੇ ਮੇਰੀ ਆਸ ਹੈ, ਆਸ ਮੇਰੀ ਟੁੱਟੀ ਨਹੀਂ ਹਾਲੇ ਤੱਕ ਵੀ ਜੋ ਹੋਊਗਾ ਠੀਕ ਹੋਊਗਾ, ਨਹੀਂ ਫਿਰ ਉਹ ਤੋਂ ਬਾਅਦ ਦੇਖਾਂਗੇ। ਉਹ ਆਪਣਾ ਵਲੌਗਿੰਗ ਬਣਾਉਂਦੀ ਹੋਈ ਸੀ ਜਿੱਥੇ ਉਸਨੇ ਫੋਟੋ ਸ਼ੂਟ ਦੀ ਵੀਡੀਓ ਵੀ ਸਾਂਝੀ ਕੀਤੀ ਸੀ। ਹੁਣ ਕਮੇਡੀ ਨੇ ਆਪਣੇ ਬੇਟੇ ਦੀਆਂ ਭਾਰਤੀ ਲਗਾਤਾਰ ਕੰਮ ਕਰਦੀ ਨਜ਼ਰ ਆਈ ਸੀ। ਬੱਚੇ ਦੇ ਜਨਮ ਦੇ 2 ਹਫ਼ਤਿਆਂ ਬਾਅਦ ਹੀ ਰਿਐਲਿਟੀ ਸ਼ੋਅ ਸੈੱਟ ਤੋਂ ਵਾਪਸ ਆਉਂਦੇ ਹੀ ਆਪਣਾ ਸਾਰਾ ਸਮਾਂ ਬੱਚੇ ਦੇ ਨਾਲ ਬਿਤਾਉਂਦੀ ਹੈ। ਜੀ ਆਪਣੇ ਵਲੌਗਸ ਦੇ ਵਿੱਚ ਲਗਾਤਾਰ ਭਾਰਤੀ ਸਿੰਘ ਛਾਈ ਰਹਿੰਦੀ ਹੈ। ਆਓ ਪਹਿਲਾਂ ਭਾਰਤੀ ਸਿੰਘ ਦੇ ਬੇਟੇ ਦੀ ਹੈਰੀ ਪੋਟਰ ਵਾਲੀਆਂ ਫੋਟੋਜ਼ 'ਤੇ ਪਾਉਂਦੇ ਹਾਂ ਨਜ਼ਰ। ਇਸ ਤਰ੍ਹਾਂ ਅੱਜ ਦੀਆਂ ਬਾਲੀਵੁੱਡ ਪਾਲੀਵੁੱਡ ਦੀਆਂ ਕੁਝ ਖਾਸ ਖਬਰਾਂ ਜਿਨ੍ਹਾਂ 'ਤੇ ਮਾਰੀ ਆਪਾਂ ਝਾਤ। ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਤੁਸੀਂ ਸਾਨੂੰ ਦੱਸਣਾ ਨਹੀਂ ਭੁੱਲਣਾ, ਅਤੇ ਨਾਲ ਦੀ ਨਾਲ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਫਿਲਹਾਲ ਦੇ ਲਈ ਅੱਜ ਦੇ ਇੰਟਰਟੇਨਮੈਂਟ ਦੇ ਸੈਗਮੈਂਟ ਯਾਨੀ ਕਿ ਸਪਾਈਸੀ ਰੀਲਸ ਦੇ ਵਿੱਚ ਇੰਨਾ ਹੀ। ਹੁਣ ਆਪਣੀ ਦੋਸਤ ਸੰਬੰਧਿਤ ਨੂੰ ਦਿਓ ਇਜਾਜ਼ਤ। ਧੰਨਵਾਦ।